Hello, guys, how are you? I hope you are fine. God give you lot of happiness. Let's start our vlog. see <laughs> Punch ਖੁੱਲੀਆਂ ਵਿੱਚ ਪੱਠੇ ਪਾਏ ਨੇ ਮੱਝਾਂ ਲੇਕਿਨ ਕੋਈ ਨਹੀਂ ਉੱਤੇ ਸਾਰੀਆਂ ਖੁੱਲੀਆਂ ਚੈੱਕ ਕਰ ਲੈਣੀਆਂ ਵਿੱਚ ਪੱਠੇ ਪਾਏ ਨੇ ਕਿ ਨਹੀਂ ਪਾਏ ਇਹਨਾਂ ਚ ਹੀ ਪਾਏ ਨੇ ਕਟੀਆਂ ਖਾਨੀਆਂ ਨੇ ਪੀਆਂ ਐ ਮਸ਼ੀਨ ਨੇ ਕਿ ਚਾਰਾ ਜਿਹੜਾ ਨਾ ਕੁੱਤਰਿਆ ਪਿਆ ਥੱਲੇ ਬਾਜਰਾ ਹੈ ਤੇ ਉੱਤੇ ਪੋਵੇ ਇਹਨਾਂ ਦੋਨ ਮਿਕਸ ਕਰਕੇ ਨਾ ਮੱਝਾਂ ਨੂੰ ਪਾਇਆ ਜਾਂਦਾ ਹੈ ਜਿਵੇਂ ਅਸੀਂ ਬਰੀਆਨੀ ਬਣਾਣਿਆ ਨਾ ਥੱਲੇ ਚਾਵਲ ਦਾ ਤੇਲ ਆ ਲੈਨੇ ਆ ਉੱਤੇ ਗੋਸ਼ਤ ਦਾ ਤੇਲ ਆ ਲੈਨੇ ਆ ਫਿਰ ਉਹਨਾਂ ਨੂੰ ਮਿਕਸ ਕਰ ਲੈਨੇ ਆ ਇੰਜੇ ਜਿਹੜਾ ਨਾ ਮੱਜਾਂ ਦਾ ਚਾਰਾ ਵੀ ਇੰਜੇ ਪ੍ਰਿਪੇਅਰ ਕੀਤਾ ਜਾਂਦਾ ਹੈ ਮੱਜਾਂ ਇਥੇ ਕੋਈ ਨਹੀਂ ਮੱਜਾਂ ਚੁਗਣ ਗਈਆਂ ਨੇ ਕਿਉਂਕਿ ਨਾ ਚੁਗਣਾ ਹੁੰਦਾ ਨਾਲੇ ਪਾਣੀ ਛਣ ਪੀਣਾ ਹੁੰਦਾ ਫਿਰ ਜੋ ਚੁੱਕ ਕੇ ਆਉਂਦੀਆਂ ਨੇ ਤੇ ਖੁੱਲੇ ਪੱਠੇ ਪੈ ਹੁੰਦੇ ਨੇ ਤੇ ਫਿਰ ਉਹ ਖਾਣ ਲੱਗ ਜਾਂਦੀਆਂ ਨੇ ਨਾਲੇ ਜਦੋਂ ਉਹ ਗਈ ਆਉਂਦੀਆਂ ਨੇ ਇੱਥੇ ਲੰਗੋਇਆ ਸਾਰਾ ਚੁੱਕ ਕੇ ਤੇ ਜਗਤਨ ਸਾਫ ਸੁਥਰਾ ਕਰ ਦਿੱਤਾ ਜਾਂਦਾ ਹੈ ਹੁਣ ਸਾਡੇ ਲੱਗੇ ਜਾਮਣ ਹੁਣ ਮੈਂ ਚੜੂ ਜਾਮਣ ਤੇ ਫਿਰ ਉਤੋਂ ਲਾ ਕੇ ਲਿਆਵਾਂ ਦੇ ਜਾਮਣ ਕਿਉਂਕਿ ਉਹ ਜਾਮਣ ਦਾ ਸੀਜ਼ਨ ਹੈ ਜਾਮਣ ਦਾ ਇੱਕ ਡੰਡ ਟੁੱਟ ਗਿਆ ਕਿਉਂਕਿ ਨੇਰੀ ਆਈ ਈ ਤੇ ਆ ਵੇਖੋ ਨਾਲ ਟੁੱਟਿਆ ਇਹਦੇ ਪੱਤੇ ਜਿਹਨੂੰ ਡਰਾਈ ਹੋ ਗਏ ਨੇ ਉਹਨਾਂ ਇਸ ਦੰਤ ਤੇ ਜਾਮਣਾ ਲੱਗੀਆਂ ਨੇ। ਦੇਖੋ ਕਿੰਨੀਆਂ ਸੋਹਣੀਆਂ ਲੱਗੀਆਂ ਨੇ ਉੱਤੇ। ਹੁਣ ਅਸੀਂ ਆ ਦੂਜੇ ਦੰਦ ਦੰਦ ਤੁਹਾਨੂੰ ਹਾਨੇ ਆ ਵੇਖੋ ਮਾਸ਼ਾਅੱਲਾ ਕਿਵੇਂ ਜਾਮਣਾ ਨਾ ਪਰੇ ਨੇ। ਵੇਖੋ ਤੋਂ ਬਲੈਕ ਹੋਈਆਂ ਨੇ ਜਾਮਣਾ ਜਿਹੜੀ ਬਲੈਕ ਹੋ ਜਾਂਦਾ ਫੁੱਲ ਉਹ ਪੱਕੀਆਂ ਹੁੰਦੀਆਂ ਨੇ ਤੇ ਜਿਹੜੀ ਗ੍ਰੀਨ ਹੁੰਦੀਆਂ ਨਾ ਉਹ ਕੱਚੀਆਂ ਹੁੰਦੀਆਂ ਨੇ ਵੇਖੋ ਮਾਸ਼ਾਅੱਲਾ ਡਾਨ ਕਿਵੇਂ ਭਰੇ ਨੇ ਫੁੱਲ ਜਾਮਣਾ ਨਾਲ ਉੱਤ ਬਾਅਦ ਸਦਵਾਨੇ ਕੋਰ ਪੌਦਾ ਵਹਾਨੇ ਆ ਇਹ ਬਲੱਡ ਲੱਗੇ ਨੇ ਇਹਨਾਂ ਗ੍ਰੇਪਫਰੂਟ ਵਯਾ ਕੀਦਾ ਇਹ ਬਹੁਤ ਹੀ ਵੱਡੇ ਵੱਡੇ ਹੁੰਦੇ ਨੇ ਤੇ ਜੋ ਲੱਗਦੇ ਨੇ ਗ੍ਰੀਨ ਕਲਰ ਦੇ ਹੁੰਦੇ ਨੇ ਜਦੋਂ ਪੱਕ ਜਾਂਦੇ ਨੇ ਤੇ ਉਦੋਂ yellow ਕਲਰ ਦੇ ਹੋ ਜਾਂਦੇ ਨੇ ਤੇ ਵਿੱਚੋਂ ਜਿਹੜੇ ਨੇ red ਕਲਰ ਦੇ ਹੁੰਦੇ ਨੇ ਜਿਹੜੇ ਵਿੱਚੋਂ ਪੱਕ ਕੇ red ਹੋ ਜਾਂਦਾ ਉਹ ਤਾਂ ਬਹੁਤ ਮਜ਼ੇਦਾਰ ਹੁੰਦੇ ਨੇ ਤਿੰਨ ਦਾ ਅਮੂਮਨ ਜਿਹੜਾ ਨਾ ਜੂਸ ਪੀਤਾ ਜਾਂਦਾ ਤੇ ਜੂਸ ਵੀ ਇਹਨਾਂ ਦਾ ਬਹੁਤ ਹੀ ਮਜ਼ੇਦਾਰ ਹੁੰਦਾ ਹੈ ਇਹ ਲੈਮਨ ਲੱਗੇ ਨੇ ਕਿਉਂਕਿ ਬਾਛਾਂ ਜ਼ਿਆਦਾ ਹੁੰਦੀਆਂ ਹਨ ਭੀਆਂ ਤੇ ਲੈਮਨ ਉਤੇ ਬਹੁਤ ਜ਼ਿਆਦਾ ਲੱਗੇ ਆਏ ਨੇ ਤੇ ਫੁੱਲ ਵੀ ਲੱਗੇ ਨੇ ਮਾਸ਼ਾਅੱਲਾ ਕਿਉਂਕਿ ਪਾਣੀ ਦੀ ਕਮੀ ਪੂਰੀ ਹੁੰਦੀ ਰਹੇ ਤੇ ਲੈਮਨ ਜਿਹੜਾ ਨਾ ਸਹੀ ਲੱਗਦੇ ਰਹਿੰਦੇ ਨੇ ਇਫ ਯੂ ਲਾਈਕ ਮਾਈ ਵੀਡੀਓ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਅੱਲਾ ਹਾਫਿਜ਼ ਵੀ ਮੀਟ ਅਗੇਨ ਇਨ आवर ਨੈਕਸਟ ਵਲੌਗ